ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਰੈਣ ਸਿੰਘ ਨਰਸ਼ੌਤ, ਹਲਕਾ ਸਤਰਾਣਾ ਤੋਂ। ਸਾਡੇ ਜੋ ਸੀਨੀਅਰ ਲੀਡਰ ਸਾਹਿਬਾਨ ਨੇ, ਉਹਨਾਂ ਦਾ ਸਾਨੂੰ ਹੁਕਮ ਹੈ ਵੀ ਕਿਸਾਨਾਂ ਦੇ ਧਰਨੇ 'ਚ ਕਿਸਾਨਾਂ ਦੇ ਪੁੱਤ ਬਣ ਕੇ, ਕਿਸਾਨ ਇਸ ਧਰਤੀ ਦੇ ਪੁੱਤ ਬਣ ਕੇ ਤੁਸੀਂ ਕਿਸਾਨਾਂ ਦੀ ਮਦਦ ਕਰਨੀ ਹੈ, ਅਤੇ ਉਹਨਾਂ ਦੇ ਨਾਲ ਆਪਣੇ ਕਿਸੇ ਵੀ ਸਿਗਨਲ ਤੋਂ ਬਗੈਰ ਇਹ ਇਲਾਕੇ ਦੇ ਵਿੱਚ ਜਾਣਾ। ਅਸੀਂ ਇਸ ਮਕਸਦ ਨਾਲ ਹੀ ਇੱਥੇ ਆਏ ਹਾਂ ਵੀ ਅਸੀਂ ਆਪਣਾ ਕੋਈ ਵੀ ਕੋਈ ਝੰਡਾ ਕੋਈ ਡੰਡਾ ਨਹੀਂ, ਕਿਸਾਨਾਂ ਦੇ ਝੰਡੇ ਹੇਠ ਹੀ ਅਸੀਂ ਸਾਰਾ ਪ੍ਰੋਗਰਾਮ ਕਰ ਰਹੇ ਹਾਂ। ਜਿਹੜਾ ਇਹ ਧਰਨਾ ਹੈ, ਇਹਦੇ ਵਿੱਚ ਅਸੀਂ ਜਿਵੇਂ ਦੁਕਾਨਦਾਰ ਭਰਾ, ਅਸੀਂ ਸਾਰੇ ਪੂਰੀ ਤਰ੍ਹਾਂ ਪੂਰਾ ਸਮਰਥਨ ਕਰਦੇ ਹਾਂ, ਕਿਉਂਕਿ ਜਿਹੜਾ ਇਹ ਕਿਸਾਨੀ ਵਾਲਾ ਮਸਲਾ ਹੈ, ਇਹ ਕਾਨੂੰਨੀ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, ਤਾਂ ਹੀ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਜਾਂ ਫਿਰ ਕਿਸਾਨ ਹੈ, ਇਹ ਮਜ਼ਬੂਤ ਰਹਿ ਸਕਦਾ ਹੈ। ਜੇਕਰ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਕਿਸਾਨ, ਜਿਵੇਂ ਯੂਪੀ ਦਾ ਕਿਸਾਨ ਰੋ ਰਿਹਾ, ਬਿਹਾਰ ਦਾ ਕਿਸਾਨ ਰੋ ਰਿਹਾ, ਤਾਂ ਪੰਜਾਬ ਦਾ ਹਾਲ ਵੀ ਹੋ ਜਾਏਗਾ। ਪੰਜਾਬ ਦੇ ਇਸ ਹਾਲ ਤੋਂ ਬਚਾਉਣ ਦੇ ਲਈ ਅਸੀਂ ਸਾਰੇ ਇੱਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਹਾਂ, ਅਤੇ ਕਿਸਾਨਾਂ ਦੇ ਹਰ ਧਰਨੇ ਦੇ ਵਿੱਚ ਸਮਰਥਨ ਕਰਦੇ ਹਾਂ। ਅਤੇ ਕੱਲ੍ਹ ਨੂੰ ਦੁਬਾਰਾ ਅਸੀਂ ਫਿਰ ਦਿੱਲੀ ਜਾਵਾਂਗੇ, ਕਿਉਂਕਿ ਕੱਲ੍ਹ ਪਹਿਲਾਂ ਅਸੀਂ ਆਪਣਾ ਕੁੰਡਲੀ ਬਾਰਡਰ 'ਤੇ ਸੀਗੇ, ਅਤੇ ਹੁਣ ਅਸੀਂ ਭਾਦਰਗੜ੍ਹ ਬਾਰਡਰ ਹੈ, ਜਿੱਥੇ ਆਪਣੇ ਬਾਣਾਲੇ ਤੋਂ ਸਾਰੇ ਵੀਰ ਗਏ ਹੋਏ ਨੇ ਨਿਆਲ ਤੋਂ, ਅਸੀਂ ਕੱਲ੍ਹ ਨੂੰ ਉਹਨਾਂ ਦੇ ਨਾਲ ਉੱਥੇ ਧਰਨੇ 'ਤੇ ਬੈਠਾਂਗੇ। Subscribe to my channel and also press